ਲੁਧਿਆਣਾ ਦੇ ਰਖਬਗ ਵਿਖੇ ਓਪੀ ਮੰਜਾਲ ਫਾਊਂਡੇਸ਼ਨ ਅਤੇ ਨੌ ਲੁਧਿਆਣਾ ਪ੍ਰੋਜੈਕਟ ਦਲਵੀਰ ਫਾਊਂਡੇਸ਼ਨ ਦੇ ਇੱਕ ਸਾਂਝੇ ਉਪਰਾਲੇ ਸਦਕਾ ਹਫ਼ਤਾਵਾਰੀ ਆਰਗੈਨਿਕ ਫਾਰਮਰਸ ਮਾਰਕੀਟ ਅਤੇ ਦੀ ਅਰਥ ਸਟੋਰ ਦਾ ਸ਼ੁਭ ਆਰੰਭ ਹੋਇਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਹੀਰੋ ਗਰੁੱਪ ਦੇ ਸ਼੍ਰੀ ਐਸ ਕੇ ਰਾਏ, ਦਲਵੀਰ ਫਾਊਂਡੇਸ਼ਨ ਦੇ ਗੁਣਵੀਰ ਸਿੰਘ, ਪ੍ਰਨੀਤ ਸਚਦੇਵ ਡਾਇਰੈਕਟਰ ਰੈਵਨਿਊ ਇੰਟੈਲੀਜੈਂਸੀ, ਫੀਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ, ਕੌਂਸਲਰ ਨਰਿੰਦਰ ਕਾਲਾ ਨੇ ਦੱਸਿਆ ਕਿ ਇਸ ਮਾਰਕੀਟ ਵਿੱਚ ਕੁਦਰਤੀ ਖੇਤੀ ਦੇ ਨਾਲ ਪੈਦਾ ਹੋਈਆਂ ਬਿਨਾਂ ਮਿਲਾਵਟ ਫਲ, ਸਬਜ਼ੀਆਂ ਅਤੇ ਘਰੇਲੂ ਵਰਤੋਂ ਵਿੱਚ ਆਉਣ ਵਾਲੀਆਂ ਹੋਰ ਅਨੇਕਾਂ ਵਸਤੂਆਂ ਮਿਲਣਗੀਆਂ। ਇਸ ਮੌਕੇ ਸ਼੍ਰੀ ਰਾਏ ਨੇ ਦੱਸਿਆ ਕਿ ਓਪੀ ਮੰਜਾਲ ਫਾਊਂਡੇਸ਼ਨ ਨੇ ਕਰੋੜਾਂ ਰੁਪਏ ਖਰਚ ਕਰਕੇ ਰੱਖ ਬਾਗ ਨੂੰ ਇੱਕ ਨਵੀਂ ਦਿੱਖ ਦਿੱਤੀ। ਇਹੀ ਕਾਰਨ ਹੈ ਕਿ ਅੱਜ ਇੱਥੇ ਟੋਆਏ ਟ੍ਰੇਨ, ਸਾਈਕਲ ਟਰੈਕ, ਕੈਫੇ, ਝੂਲੇ ਆਦਿ ਇਸ ਦੀ ਸ਼ੋਭਾ ਵਧਾ ਰਹੇ ਹਨ। ਪ੍ਰੈਮਾਈਸਿਸ ਮੇਂ ਹਮ ਔਰਗੈਨਿਕ ਫੂਡ ਕਾ ਪ੍ਰਮੋਸ਼ਨ ਜੋ ਲੁਧਿਆਣਾ ਮੇਂ ਬਹੁਤ ਜ਼ਿਆਦਾ ਜ਼ਰੂਰੀ ਹੈ। ਹਿੰਦੁਸਤਾਨ ਕੇ ਸਬਸੇ ਪੋਲੂਟਡ ਸਿਟੀ ਮੇਂ ਇੱਕ ਸਿਟੀ ਹੈ ਔਰ ਇਸ ਮੇਂ ਕੇਵਲ ਇਨਵਾਇਰਮੈਂਟ ਪੋਲੂਟਡ ਹੈ ਬਲਕਿ ਫੂਡ ਵੀ ਪੋਲੂਟਡ ਹੈ। ਤੋ ਇਨਵਾਇਰਮੈਂਟ ਲਈ ਤੋ ਨਿਆ ਬਹੁਤ ਕੁਛ ਕਾਮ ਕੀਆ ਹੁਆ ਆਪ ਦੇਖ ਹੀ ਰਹੇ ਹੈਂ। ਦਿਸ ਇਜ਼ ਦ ਗ੍ਰੀਨੈਸਟ ਪਲੇਸ ਇਨ ਦਿਸ ਪਰਟੀਕੁਲਰ ਏਰੀਆ ਪੋਸੀਬਲੀ ਇਨ ਦ ਇੰਟਾਇਰ ਪੰਜਾਬ ਐਂਡ ਪੀਪਲ ਆਰ ਯੂਜ਼ਿੰਗ ਐਂਡ ਇੰਜੋਇੰਗ ਇਟ। ਬਟ ਫੂਡ ਵਾਜ ਵਨ ਫੈਸਿਲਿਟੀ ਵਿਚ ਵਾਜ ਨੋਟ ਦੇਅਰ। ਸੋ ਵੀ ਡਿਸਾਈਡਿਡ ਐਂਡ ਵੀ ਬਰੋਟ ਇਨ ਦ ਫਸਟ ਕਸਟਮਰ ਹੂ ਇਜ਼ ਡਾਇਰੈਕਟਰ ਇਨਵੈਸਟੀਗੇਸ਼ਨ ਟੂ ਐਂਡ ਹੂ ਇਜ਼ ਅ ਗ੍ਰੇਟ ਕਨੋਜ਼ੀਅਰ ਆਫ ਔਰਗੈਨਿਕ ਫੂਡਸ ਟੂ ਇਨਾਗਰੇਟ ਦਿਸ ਫੈਸਿਲਿਟੀ। ਪਲੀਜ਼ ਆਸਕ। ਠੀਕ ਹੈ, ਨੇ ਇਹ ਬਹੁਤ ਲੰਬੀ ਦੌੜ ਦੌੜਨਗੇ। ਇਹ ਉਹਨਾਂ ਲੋਕਾਂ ਦੀ ਮਦਦ ਹੋਏਗੀ ਜਿਹੜੇ ਆਪਣੇ ਖੇਤਾਂ ਨੂੰ ਔਰਗੈਨਿਕ ਫੂਡ ਲਈ ਯੂਜ਼ ਕਰਦੇ ਨੇ ਔਰ ਉੱਥੇ ਕਿਉਂਕਿ ਯੀਲਡ ਵੀ ਘੱਟ ਹੈ, ਉੱਥੇ ਖਪਤ ਵੀ ਜ਼ਿਆਦਾ, ਖਰਚਾ ਵੀ ਜ਼ਿਆਦਾ। ਬਟ ਜੇ ਅਸੀਂ ਇਹਨਾਂ ਨੂੰ ਸਪੋਰਟ ਕਰਾਂਗੇ ਤਾਂ ਸਾਡੀ ਹੈਲਥ ਤਾਂ ਠੀਕ ਹੋਏਗੀ, ਇਸ ਦੇਸ਼ ਦੇ ਫਾਰਮਰ ਦੀ ਹੈਲਥ ਵੀ ਠੀਕ ਹੋਏਗੀ ਔਰ ਆਲਸੋ ਇਹਦਾ ਬਹੁਤ ਜ਼ਿਆਦਾ ਐਕਸਪੋਰਟ ਪੋਟੈਂਸ਼ੀਅਲ ਹੈ। ਸੋ ਆਈ ਐਮ ਵੈਰੀ ਗ੍ਰੇਟਫੁਲ ਕਿ ਦਿਲਬੀਰ ਫਾਊਂਡੇਸ਼ਨ ਨੇ ਔਰ ਹੀਰੋ ਸਾਈਕਲਸ ਰਾਏ ਸਾਹਿਬ ਨੇ ਮੈਨੂੰ ਇੱਥੇ ਇਨਵਾਈਟ ਕੀਤਾ ਔਰ ਇੱਕ ਚੰਗੇ ਕੰਮ ਦਾ ਭਾਗੀਦਾਰ ਹੋਣ ਲਈ ਮੈਨੂੰ ਮੌਕਾ ਦਿੱਤਾ। ਥੈਂਕ ਯੂ। ਅੱਜ ਜਿਹੜਾ ਦਲਵੀਰ ਫਾਊਂਡੇਸ਼ਨ ਵੱਲੋਂ ਔਰ ਓਪੀ ਮੰਜਾਲ ਰੱਖ ਵਿਭਾਗ ਵੱਲੋਂ ਔਰਗੈਨਿਕ ਫੂਡ, ਔਰਗੈਨਿਕ ਦਾਲਾਂ ਦਾ ਅੱਜ ਨਵਾਂ ਸ਼ੋਰੂਮ ਰੱਖ ਵਿਭਾਗ ਦੇ ਵਿੱਚ ਖੋਲ੍ਹਿਆ ਗਿਆ, ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਵਾ। ਇਹ ਸ਼ਹਿਰ ਦੇ ਵਿੱਚ ਇਸ ਚੀਜ਼ ਦੀ ਬਹੁਤ ਜ਼ਰੂਰਤ ਸੀ ਜਿਹਦੇ ਨਾਲ ਸ਼ਹਿਰ ਵਾਸੀਆਂ ਨੂੰ ਪਿਓਰਟੀ, ਜਿਹੜੀ ਪਿਓਰ ਫੂਡ ਮਿਲੂਗਾ ਔਰ ਜਿਹੜੇ ਸ਼ਹਿਰ ਵਾਸੀ ਦੀ ਤੰਦਰੁਸਤੀ ਦੇ ਵਿੱਚ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ। ਅੱਜ ਲੁਧਿਆਣੇ ਵਿਖੇ ਅਸੀਂ ਦਲਬੀਰ ਫਾਊਂਡੇਸ਼ਨ ਵੱਲੋਂ ਇੱਕ ਮੁਹਿੰਮ ਚਾਲੂ ਕੀਤੀ ਹੈ ਜਿਹੜੀ ਕਿ ਸ਼੍ਰੀ ਪ੍ਰਨੀਤ ਸਚਦੇਵਾ ਜੀ ਨੇ, IRS ਉਹਨਾਂ ਨੇ ਇਨੋਗਰੇਟ ਕੀਤੀ ਹੈ। ਇਹ ਕੋਲੈਬੋਰੇਟਿਵ ਮੁਹਿੰਮ ਹੈਗੀ ਹੈ ਓਪੀ ਮੁੰਜਾਲ ਫਾਊਂਡੇਸ਼ਨ ਦੇ ਨਾਲ, ਜਿੱਥੇ ਕਿ ਅਸੀਂ ਨੈਚੁਰਲ ਔਰਗੈਨਿਕ ਵੈਲਨੈਸ, ਕੁਦਰਤੀ ਖੇਤੀ ਦੇ ਨਾਲ ਪੈਦਾ ਕੀਤਾ ਹੋਇਆ ਸਮਾਨ, ਭਾਵੇਂ ਉਹ ਸਬਜ਼ੀਆਂ ਹੋਣ, ਭਾਵੇਂ ਉਹ ਫਲ ਹੋਏ, ਭਾਵੇਂ ਉਹ ਦਾਲਾਂ ਹੋਣ, ਮਸਾਲੇ ਹੋਣ, ਹਰ ਤਰ੍ਹਾਂ ਦੀ ਚੀਜ਼ ਜਿਹੜੀ ਹੈ ਕੁਦਰਤੀ ਖੇਤੀ ਦੇ ਨਾਲ ਪੈਦਾ ਕੀਤੇ ਗਏ ਇੱਥੇ ਦੇ ਰਹੇ ਹਾਂ। ਦਲਬੀਰ ਫਾਊਂਡੇਸ਼ਨ ਪਿਛਲੇ 11 ਸਾਲ ਤੋਂ ਕਿਸਾਨਾਂ ਦੇ ਨਾਲ ਕੰਮ ਕਰ ਰਹੀ ਹੈ ਤਾਂ ਕਿ ਅਸੀਂ ਜਿਹੜੀ ਦੂਸ਼ਿਤ ਪਦਾਰਥਾਂ ਦੇ ਨਾਲ ਅਸੀਂ ਜਿਹੜੀ ਪੈਦਾਵਾਰ ਕੱਢ ਰਹੇ ਹਾਂ ਉਹ ਨਾ ਸਿਰਫ ਲੋਕਾਂ ਦੀ ਸਿਹਤ ਵੀ ਖਰਾਬ ਕਰਦੀ ਪਈ ਹੈ ਪਰ ਜਿਹੜੇ ਕਿਸਾਨ ਨੇ ਉਹਨਾਂ ਦੀ ਫੈਮਿਲੀਜ਼ ਦੇ ਵਿੱਚ ਵੀ ਬਹੁਤ ਜ਼ਿਆਦਾ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਆ ਚੁੱਕੀਆਂ ਨੇ। ਸੋ ਸਾਡੀ ਇਹ ਕੋਸ਼ਿਸ਼ ਹੈ ਕਿ ਲੁਧਿਆਣੇ ਸ਼ਹਿਰ ਦੇ ਵਿੱਚ ਵੀ ਜੋ ਅਸੀਂ ਪਿਛਲੇ 3 ਸਾਲ ਤੋਂ ਪਲੈਟਫਾਰਮ ਕ੍ਰੀਏਟ ਕੀਤਾ ਅੰਮ੍ਰਿਤਸਰ ਦੇ ਵਿੱਚ, ਉਹ ਅਸੀਂ ਲੁਧਿਆਣੇ ਵੀ ਸ਼ੁਰੂ ਕਰ ਰਹੇ ਹਾਂ ਅੱਜ ਤੋਂ। ਹਰ ਸ਼ੁੱਕਰਵਾਰ ਨੂੰ 3 ਵਜੇ ਤੋਂ 6 ਵਜੇ ਇੱਥੇ ਕਿਸਾਨ ਆਪ ਆ ਕੇ, ਜਿਹੜਾ ਕਿ ਸਿਲੈਕਟਡ ਕਿਸਾਨ ਹੈ ਜਿਹੜਾ ਕਿ ਕੁਦਰਤੀ ਖੇਤੀ ਕਰਦਾ ਪਿਆ, ਉਹ ਇੱਥੇ ਆਪਣੀਆਂ ਸਬਜ਼ੀਆਂ ਔਰ ਫਲ ਫਰੂਟ ਵੇਚੇਗਾ। ਜਿਹੜੀ ਇਹ ਸਟੋਰ ਹੈਗਾ ਦੀ ਅਰਥ ਸਟੋਰ, ਇਹ ਸੋਮਵਾਰ ਛੱਡ ਕੇ ਰੋਜ਼ਾਨਾ ਇੱਥੇ 7 ਵਜੇ ਸਵੇਰ ਤੋਂ ਲੈ ਕੇ 7 ਵਜੇ ਸ਼ਾਮ ਤੱਕ ਇੱਥੇ ਆਪਣਾ ਸਮਾਨ ਇੱਥੇ ਮੁਹੱਈਆ ਕਰੇਗਾ ਲੁਧਿਆਣੇ ਦੇ ਸ਼ਹਿਰ ਵਾਸੀਆਂ ਵਾਸਤੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।